सफाई नूं लैके अजकल हर आगू भारत दीआं सड़कां ते झाड़ू लैके सफाई अभियान दे विच उतर आया है ते खासकर मीडिया दे कैमरे सामने होवे जां फिर होर वी उत्साहित होके सफाई अभियान वल जोर दिता जांदा है, पर ओह भुल जांदे ने कि ओह साफ सुथरियां सड़कां ते ही झाड़ू लगा रहे ने। लुधियाणा दीआं सड़कां ते कुछ अजिही ही तस्वीर देखण नूं मिली जिथे लुधियाणा दे मेयर हरचरण सिंह गोलवड़िया झाड़ू लगा रहे सन, ओह वी साफ सुथरी सड़क उत्ते, पर बाद विच जिस सड़क उत्ते ओह खड़े सन उत्थे भुल गए कि ओह सड़क किन्नी गंदी है। ਜਦ ਉਹਨਾਂ ਕੋਲੋਂ ਸਫਾਈ ਅਭਿਆਨ ਚਲਾਏ ਜਾਣ ਦੇ ਬਾਵਜੂਦ ਉਹਨਾਂ ਦੇ ਪੈਰਾਂ ਹੇਠਲੀ ਸੜਕ 'ਤੇ ਪਈ ਗੰਦਗੀ ਬਾਰੇ ਪੁੱਛਿਆ ਗਿਆ ਤਾਂ ਉਹ ਉਲਟਾ ਹੀ ਮੀਡੀਆ 'ਤੇ ਭੜਕ ਉੱਠੇ ਅਤੇ ਕਹਿਣ ਲੱਗੇ ਕਿ ਉਹਨਾਂ ਨੂੰ ਸਭ ਪਤਾ ਹੈ, ਉਹਨਾਂ ਨੂੰ ਉਹਨਾਂ ਦੀ ਡਿਊਟੀ ਨਾ ਸਮਝਾਈ ਜਾਏ, ਉਹ ਆਪਣਾ ਕੰਮ ਕਰਨਾ ਚਾਹੁੰਦੇ ਨੇ। ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਟ੍ਰੈਫਿਕ ਮੁਕਤ ਕਰਨ ਲਈ ਕਿਤੇ ਵੀ ਕਿਸੇ ਤਰ੍ਹਾਂ ਦੀ ਖਾਣ ਪੀਣ ਦੀਆਂ ਚੀਜ਼ਾਂ ਦੀ ਰੇਹੜੀ ਨੂੰ ਖੜ੍ਹਾ ਨਹੀਂ ਹੋਣ ਦਿੱਤਾ ਜਾਏਗਾ ਅਤੇ ਬਾਕਾਇਦਾ ਅਜਿਹਾ ਸਾਹਮਣੇ ਆਉਣ 'ਤੇ ਕਾਰਵਾਈ ਕੀਤੀ ਜਾਏਗੀ। ਅਸੀਂ ਆਪਣੇ ਜਿਹੜੇ ਸਾਡੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਸਿਰਫ ਇਹ ਦੱਸਣ ਵਾਸਤੇ ਆਏ ਹਾਂ ਕਿ ਸਾਨੂੰ ਸ਼ਹਿਰ ਦੀ ਕਿਸ ਤਰ੍ਹਾਂ ਦੀ ਸਫਾਈ ਉਹਨਾਂ ਕੋਲ ਲੋੜੀਂਦੀ ਹੈ, ਉਹਨਾਂ ਨੂੰ ਕਰਕੇ ਦਿਖਾਈ ਆ। ਮੈਂ ਸਿਰਫ ਕਿ ਇਹ ਨਹੀਂ ਕਿ ਮੈਂ ਕੋਈ ਸਫਾਈ ਕਰਕੇ ਫੋਟੋ ਖਿਚਾਉਣ ਆਇਆ ਸੀ, ਮੈਂ ਸਿਰਫ ਉਹਨਾਂ ਸਫਾਈ ਕਰਮਚਾਰੀਆਂ ਨੂੰ ਉਹਨਾਂ ਦੀ ਡਿਊਟੀ ਪ੍ਰਤੀ ਦੀ ਸੁਚੇਤ ਕਰਨ ਲਈ ਆਇਆ। ਜਿੱਥੇ ਕਿਤੇ ਮੈਂ ਜਾਣਾ ਕਿਸੇ ਮੁਹਿੰਮ 'ਚ, ਚਾਹੇ ਮੈਂ ਸਫਾਈ ਮੁਹਿੰਮ ਲਈ, ਕੱਲ੍ਹ ਵੀ ਮੈਂ ਬੁੱਢੇ ਦਰਿਆ 'ਤੇ ਗਿਆ ਸੀ, ਉੱਥੋਂ ਹੀ ਅਸੀਂ ਆਪਣੀ ਦੂਸਰੀ ਮੁਹਿੰਮ ਮੈਂ ਅਤੇ ਕਮਿਸ਼ਨਰ ਸਾਹਿਬ ਨੇ ਸ਼ੁਰੂ ਕਰ ਦਿੱਤੀ ਸੀ। ਔਰ ਤੁਸੀਂ ਨੋਟ ਕੀਤਾ ਹੋਣਾ, ਤੁਹਾਡੇ 'ਚੋਂ ਸ਼ਾਇਦ ਕੋਈ ਸੀ ਕਿ ਨਹੀਂ, ਇਹ ਬਿਲਕੁਲ ਇਹ ਗੱਲਾਂ ਨਾ ਕਿਹਾ ਕਰੋ, ਮੈਨੂੰ ਪਸੰਦ ਨਹੀਂ, ਮੈਂ ਆਪਣੀ ਡਿਊਟੀ ਕਰਨਾ ਜਾਣਦਾ। ਔਰ ਜਿੱਥੇ ਵੀ ਮੈਂ ਕਿਤੇ ਜਾਣਾ, ਜਿੱਥੇ ਜਿਹੜੀ ਵੀ ਉੱਥੇ ਮੈਂ ਰੋਂਗ ਡੂਇੰਗ ਦੇਖਦਾ, ਪਹਿਲਾਂ ਉੱਥੋਂ ਹੀ ਸ਼ੁਰੂ ਕਰ ਲੈਣਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।